बेमौसमी बरसात करके सब्जी दियां फसलां बर्बाद होने कारण टमाटर दियां कीमतां विच कई गुणा वाधा हो गया है। 10 तो 15 रुपए प्रति किलो कीमत विच मिलण वाला टमाटर अज 100 तो 120 रुपए प्रति किलो मिल रहा है। टमाटरां दे भाव विच होए इकोदम वाधे दे खिलाफ अज साबका कौंसलर विजय कुमार वालों बठिंडा विच अनोखा प्रदर्शन किया गया। इस मौके विजय कुमार MC वालों अपने गल अते सिर ते टमाटरां दे बनाए गए गहने सजा के रथ की सवारी की। रथ की सवारी समय लोका वालों विजय कुमार MC नूं टमाटरां दे भरे टोकरे गिफ्ट कीते। टमाटरां दी लुट तो बचण लई साबका कौंसलर वालों हथियार भी रखे गए सन। मीडिया नाल गलबात करदे हुए साबका कौंसलर विजय कुमार ने कहा कि टमाटरां दी कीमत विच कीते गए इजाफे तो बाद ये आम घरां दीआं रसोईआं विचों गायब हो गया है, पर सरकार टमाटर दीआं वधिया कीमतां नूं लै के कोई भी कदम नहीं चुक रही। ਭਿੰਡੀ 10 ਰੁਪਏ ਤੋਂ 40 ਰੁਪਈਏ ਹੋ ਗਈ, ਤੋਰੀਆਂ 40-50 ਰੁਪਈਏ ਹੋ ਗਈਆਂ, ਰੇਟ ਹਰ ਚੀਜ਼ ਦਾ ਵਧੀ ਜਾਂਦਾ। ਸਭ ਤੋਂ ਵੱਡੀ ਗੱਲ ਦੇਖੋ, ਬਠਿੰਡੇ ਸ਼ਹਿਰ 'ਚ ਇੰਨੀ ਮਹਿੰਗਾਈ ਹੈ ਕਿ ਕੇਲੇ ਵੀ ਇੱਥੇ ਤੋਲ ਕੇ ਮਿਲਦੇ ਆ। 1 ਕਿਲੋ 80 ਰੁਪਈਏ ਦੇ ਮਿਲਦੇ, 6 ਕੇਲੇ ਚੜ੍ਹਦੇ ਆ, ਜਦਕਿ ਦਰਜਨ ਦੇ ਹਿਸਾਬ ਨਾਲ ਮਿਲਦੇ ਹੁੰਦੇ ਸੀ। ਇਹ ਵੀ ਧੱਕਾ ਹੋ ਰਿਹਾ ਸਾਡੇ ਸ਼ਹਿਰ ਦੇ ਅੰਦਰ, ਹੋਰ ਕਿਤੇ ਨਹੀਂ, ਇਕੱਲਾ ਬਠਿੰਡੇ 'ਚ ਹੀ ਹੋ ਰਿਹਾ ਵੀ ਤੋਲ ਕੇ ਦਿੱਤੇ ਜਾ ਰਹੇ ਕੇਲੇ। ਅਸਲਾ ਕਾਹਤੋਂ ਰੱਖਿਆ? ਅਸਲਾ ਰੱਖਿਆ, ਕੋਈ ਟਮਾਟਰ ਨਾ ਖੋਲੇ, ਪੰਜਾਬ ਦੇ ਹਾਲਾਤ ਬਹੁਤ ਮਾੜੇ ਹੈ, ਕਿਤੇ ਕੋਈ ਟਮਾਟਰ ਟਮੂਟਰ ਖੋ ਕੇ ਨਾ ਲੈ ਜੇ ਮੇਰੇ। ਇਸ ਕਰਕੇ ਅਸਲਾ ਆਪਦੀ ਰੱਖਿਆ ਤਾਂ ਆਪ ਹੀ ਕਰਨੀ ਪਊ। ਰਸਤੇ ਵੀ ਚੜੇ ਹੋ? ਉਹ ਰਸਤੇ ਤੇ ਇਸ ਕਰਕੇ ਚੜਿਆ ਵੀ ਮੈਂ ਵਿਆਹ ਕਰਾਉਣ ਚੱਲਿਆ, ਟਮਾਟਰਾਂ ਦੇ ਜਿਹੜੇ ਦੁੱਲੇ ਬਣਨਗੇ ਉਹਨਾਂ ਨੂੰ ਇਹ ਰਾਏ ਹੈ ਵੀ ਇਹ ਟਮਾਟਰ ਟਮੂਟਰ ਵਰਤੋ। ਇਹ ਟਮਾਟਰ ਹੈ ਜਿਹੜੇ ਬਹੁਤ, ਇੱਕ ਤਾਂ ਸ਼ੋਅ ਪੀਸ ਵਧੀਆ ਹੈ, ਨਵੀਂ ਚੀਜ਼ ਹੈ, ਅਤੇ ਆਹ ਟਮਾਟਰਾਂ ਦਾ ਦੇਖੋ ਸਹਿਰਾ ਬੰਨਿਆ ਹੋਇਆ ਮੇਰੇ, ਅਤੇ ਆਹ ਮੇਰੇ ਗਲ 'ਚ ਟਮਾਟਰ ਪਏ, ਹਾਰ ਸ਼ਿੰਗਾਰ ਬਣ ਕੇ ਰਹਿ ਗਏ ਟਮਾਟਰ। ਦੇਜ ਤਾਂ ਟਮਾਟਰ, ਦੇਜ ਦਾ ਮੰਗਣਾ ਵੈਸੇ ਜ਼ੁਲਮ ਹੈ, ਜੇ ਮੈਨੂੰ ਦਿੱਤਾ ਤਾਂ ਮੈਂ ਕਹੂੰਗਾ ਮੈਨੂੰ ਤਾਂ ਇੱਕ ਮਨ ਟਮਾਟਰ ਹੀ ਦੇ ਦਿਓ। ਮੈਂ ਤਾਂ ਹੁਣ ਬੈਂਕ 'ਚ ਜਮ੍ਹਾਂ ਕਰਾਉਣ ਚੱਲਿਆ ਸਾਰੇ।